ਠੰਡਾ ਹੋ ਜਾ ਪੰਜੀ ਲਾਉਣ ਦੀ ਕੀ ਲੋੜ ਹੈ ਹੈ ਨਾਲੇ ਲੁਧਿਆਣੇ ਜਾਊਂਗੀਆਂ ਉੱਥੇ ਕਿਰਾਇਆ ਖਰਚੂਗੀਆਂ ਇੱਧਰ ਆਓ ਮਿੱਤਰਾਂ ਕੋਲੇ ਇੱਕ ਨਾਲ ਦੋ ਫ੍ਰੀ ਨੇ ਦੋ ਚੱਲ ਵੇ ਭੁੰਨਣਾ ਲੰਡਰਨਾ ਹੋਵੇ ਤਾਂ ਅੱਗ ਨੂੰ ਮੇਰੀ ਚੱਪਣੀ ਬਗਾ ਕੇ ਮਾਰੀ
ਮਰੇ ਕਿੱਥੇ ਛੜਿਆਂ ਦੀ ਅੱਗ ਨਾ ਬੜੇ ਲੰਡਰਾਂ ਦੇ ਇਹ ਤਾਂ ਬਾਲੇ ਹੀ ਲੁੱਚੇ ਨੇ ਜਮਾ ਹੀ ਜਮਾ ਸਰਮ ਘੋਲ ਕੇ ਖਾ ਲਈ ਲੰਡਰਾਂ ਨੇ ਗੱਲਾਂ ਬਣ ਜਾਣਗੀਆਂ ਆਜਾ ਆਜਾ ਸਾਡੇ ਕਰਮਾਂ ਚ ਲਿਖੀ ਕਿਉਂ ਨਾ ਰੰਨ ਓਏ ਰੱਬਾ ਕਦੇ ਸਾਡੀ ਵੀ ਕਰਾ ਦੇ ਤਨ ਤਨ ਓਏ ਰੱਬਾ ਸਾਡੇ ਕਰਮਾਂ ਚ ਲਿਖੀ ਕਿਉਂ ਨਾ ਰੰਨ ਓਏ ਰੱਬਾ ਓਏ ਕੀ ਗੱਲ ਹੋ ਗਈ ਅੱਜ ਹੋਈ ਨੀ ਬਹੁਣੀ ਕਿਵੇਂ ਪੁਰਾਣੀ ਟਿਊਬ ਵਰਗਾ ਮੂੰਹ ਬਣਾ ਰੱਖਿਆ ਉਹ ਕਦੇ ਸਾਡੇ ਵੀ ਲਾ ਦੇ ਪੈਂਚਰ ਬਥੇਰੇ ਰਿਸ਼ਤੇ ਕਰਾਉਣਾ ਚਾਚੇ ਸਿਆ ਨਾ ਸਾਡੇ ਵਰਗੀ ਕੁੜੀਆਂ ਦਾ ਕਾਲ ਪੈ ਗਿਆ ਓਏ ਲੱਭ ਦੇ ਕੋਈ ਤੋਕੜ ਜੀ ਚਾਚਾ ਇੱਕ ਵਾਰੀ ਰੋਟੀ ਪਕਦੀ ਕਰਦੇ ਗੁਣ ਨਹੀਂ ਭੁਲਾਉਂਦੇ ਤੇਰਾ ਮਾਰ ਮਾਰ ਚੁੱਲ੍ਹੇ 'ਚ ਫੂਕਾਂ ਧੂਏ ਨੇ ਮੇਰੀ ਅੱਖ ਦੀ ਬੈਟਰੀ ਡਾਊਨ ਕਰਤੀ ਧਰਮ ਨਾਲ ਦੇਖ ਬਈ ਚਾਚਾ ਸਿਆ ਰੰਗ ਰੁੰਗ ਦੀ ਸਾਨੂੰ ਕੋਈ ਪਰਵਾਹ ਨਹੀਂ ਰੰਗ ਦਾ ਤੈਨੂੰ ਪਤਾ ਦੋ ਤਿੰਨ ਹੀ ਹੁੰਦੇ ਨੇ ਤੇ ਜਾਤ ਪਾਤ ਨੂੰ ਅਸੀਂ ਭਰਾਵਾ ਮੰਨਦੇ ਨਹੀਂ ਚਾਚਾ ਸਿਆ ਇੱਜ਼ਤ ਉੱਜਤ ਚਾਹੇ ਨਾ ਹੀ ਹੋਵੇ ਕੋਈ ਚੱਕਰ ਹੈ ਨਹੀਂ ਓਏ ਮੇਰਾ ਪੈਂਚਰ ਵਾਲੀ ਦੁਕਾਨ ਦਾ ਔਖਾ ਹੋ ਜੂਗਾ ਚੱਲ ਤੁਹਾਡੇ ਕਰਕੇ ਰਿਸਕ ਲੈ ਲੈਂਦੇ ਹਾਂ ਉਹ ਹੈਪੀ ਦੀ ਬੇਬੇ ਕਹਿੰਦੀ ਸੀ ਵੀ ਸਾਡੇ ਰਿਸ਼ਤੇਦਾਰ ਚ ਕੁਆਰੀ ਕੁੜੀ ਹੈ ਉਹ ਪਰ ਕਿਸੇ ਮੁੰਡੇ ਨਾਲ ਭੱਜ ਗਈ ਸੀ ਉਹ 6 ਮਹੀਨਿਆਂ ਬਾਅਦ ਫੜੇ ਗਏ ਸੀ ਕੁੜੀ ਆਪਦੇ ਘਰੇ ਹੈ ਮੁੰਡਾ ਆਪਦੇ ਘਰੇ ਹੈ ਹੁਣ ਤਾਂ ਘਰੋਂ ਪੈਰ ਬਾਹਰ ਨਹੀਂ ਰੱਖਦੀ ਕੁੜੀ ਸਾਊ ਬਹੁਤ ਹੈ ਉਹ ਚਾਚਾ ਆਪਣੇ ਚੁੱਲ੍ਹੇ ਤੇ ਨਹੀਂ ਮਾੜੀ ਹੋਣੀ ਚਾਹੀਦੀ ਬਸ ਉਹ ਨਹੀਂ ਚੰਗੇ ਘਰਾਣੇ ਦੀ ਕੁੜੀ ਹੈ ਮੂੰਹ 'ਚ ਬੋਲ ਨਹੀਂ ਤੇਰੀ ਤਾਂ ਇੱਧਰਲੀ ਅੱਖ 'ਚ ਪਈ ਨਹੀਂ ਰੱਖਣੀ ਚੱਲ ਚਾਚੇ ਸਿਆ ਇਹਦਾ ਤਾਂ ਪੱਕਾ ਸਮਝੀਏ ਫਿਰ ਹੁਣ ਚਾਚਾ ਸਿਆ ਇਹ ਤੋਂ ਬਾਅਦ ਮੇਰਾ ਨੰਬਰ ਤਾਂ ਪੱਕਾ ਹਾਂ ਸੱਚ ਚਾਚਾ ਸਿਆ ਮੇਰੀ ਚਾਚੀ ਦੀ ਰਿਸ਼ਤੇਦਾਰੀ 'ਚੋਂ ਫੇਰ ਕਦੋਂ ਭੱਜੂ ਕੁੜੀ ਉਹਨੂੰ ਕਹਿ ਚਾਚਾ ਸਿਆ ਛੇਤੀ ਭੱਜੇ ਮੇਰਾ ਵੀ ਲੱਗੇ ਪੈਂਚਰ ਉਹ ਲੈ ਮੈਂ ਤਾਂ ਅੱਜੇ ਭੇਜ ਦਿੰਦਾ ਢਿੱਡੂ ਦੀ ਬੇਬੇ ਨੂੰ ਬਰੇਟਿਆਂ ਨੂੰ ਜਾ ਫੜਾ ਭਾੜਾ ਤਾਂ ਦੇ ਦੇ ਜੇ ਹੋ ਸਕਿਆ ਤਾਂ ਮੈਂ ਆਪ ਵੀ ਵਗ ਜੂੰਗਾ ਦੇਖੀ ਤੈਨੂੰ ਲਿਆ ਕੇ ਦਿਖਾਉਣਾ ਮੈਂ ਤਾਂ ਲਾ ਦੂੰ ਪੱਕਾ ਪੈਂਚਰ ਚਲੋ ਆਜੋ ਸਾਲਿਓ ਆਜੋ ਆਜੋ ਹੁਣ ਤਾਂ ਸਾਰਿਆਂ ਦਾ ਵਿਆਹ ਹੋਜੂ ਦੇਖਿਓ ਆ ਦੇਖੋ ਇਹ ਸਾਲਿਓ ਕੀ ਜਾਂਦਾ ਲੈ ਬਈ ਤੁਸੀਂ ਤਾਂ ਜਮਾਂ ਖੁਸ਼ੀ ਦੇ ਮੌਕੇ ਤੇ ਆਇਓ ਲੈ ਹੈ ਹੈ ਵੇ ਤੁਹਾਡੇ ਕੀ ਕਾਕਾ ਜੰਮਿਆ ਉਹ ਦੇਖੀ ਤਾਂ ਸਹੀ ਰਕਾਨੇ ਕਾਕਿਆਂ ਦੀ ਤਾਂ ਲੈਣ ਲਾ ਦੂੰ ਤੂੰ ਦੇਖੀ ਤਾਂ ਸਹੀ ਹਾੜੀ ਸੋਹਣੀ ਠੂ ਮੁੰਡਾ ਨੱਚਿਆ ਨੀ ਜਾਣਾ ਸਾਰੇ ਵਿਹੜੇ ਨੂੰ ਕਲੀ ਕਰਾ ਦੂੰ ਆ ਜਾ ਫਿਰ ਚੱਲ ਘਰੇ
ਮਾਰ ਦੇ ਦੋ ਠੁਮਕੇ। ਹਾਏ ਹਾਏ ਵੇ ਖਸਮ ਖੋਲੇ, ਮੈਨੂੰ ਨਹੀਂ ਲੋੜ ਹੈਗੀ। ਨਾ ਤੇਰਾ ਕੀ ਕਰਜੂ, ਜਾ ਕੇ ਜਾ, ਗੱਲਾਂ ਵਜਣ ਕੇ ਟੁੱਟ ਪੈਣੇ। ਉਹ ਗੱਲਾਂ ਨਹੀਂ, ਹੁਣ ਤਾਂ ਦੰਦ ਜੁੜਨਗੇ ਦੰਦ। ਗਰੀਬ ਗੁਰਬਾ ਕੀ ਕਰੂਗਾ ਭਲਾ, ਪਹਿਲਾਂ ਤਾਂ ਬਾਬੇ ਮਰਾਣੇ ਵਾਲਿਆਂ ਨੇ ਹਰੇਕ ਘਰ ਨੂੰ 100-100 ਰੁਪਇਆ ਪਾ ਤਾ, ਫੇਰ ਗੁਰਪੁਰਬ ਆ ਗਿਆ, ਫੇਰ ਸਤਿਗੁਰ ਦੀ ਬਰਸੀ, ਲੈ ਹਰੇਕ ਮੂੰਹ ਚੱਕੀ ਤੁਰਿਆ ਫਿਰਦਾ, ਕੁੱਤੀ ਦੇ ਪਾਂਚ ਜਿੱਡਾ ਪਿੰਡ ਹੈ, ਜੜਾ ਖਣਾ ਪ੍ਰਧਾਨ ਬਣਿਆ ਫਿਰਦਾ। ਨੀ ਕਿਹੜੇ ਮੇਲੇ, ਕਿਹੜੀਆਂ ਬਰਸੀਆਂ, ਇਹ ਤਾਂ ਆਪਦਾ ਢਿੱਡ ਭਰਦੇ ਨੇ ਕੰਜਰ। ਨੀ ਉਹ ਦਿਖਾਣਾ ਤਾਂ ਮੋਦੀ ਨੀ, ਆਹੋ ਜਿਹੜਾ ਡੇਰੇ ਦਾ ਖਜ਼ਾਨਚੀ ਹੈ, ਨੀ ਢਹਿ ਜਾਣਾ ਜਦੋਂ ਸੀਜ਼ਨ ਹੋਊ, ਉਦੋਂ ਤਾਂ ਬਾਹਰ ਜਾ ਕੇ ਕੰਮ ਕਰੂ ਸ਼ਹਿਰ ਚ, ਨੀ ਪਲੇਗ ਪੈਣੇ ਦਾ ਵਿਹਲਾ ਹੋ ਜੂ, ਚੱਕੂ ਕਰਨੀ ਜਾਬੜੂ ਡੇਰੇ ਗੁਸਲਖਾਨੇ, ਕੰਧਾਂ ਟਾਟਾ ਕੀ ਬਣਾਈ ਜਾਊ। ਨੀ ਮੋਟੀ ਦਿਹਾੜੀ ਲੈਂਦਾ, ਆਪਣੇ ਆਪ ਨੂੰ ਕਹਾਉਂਦਾ ਸੇਵਾਦਾਰ। ਲੈ ਦੇਖ ਲੈ ਭੈਣੇ, ਅੱਗੇ ਗੁਰੂ ਘਰ ਡੇਰਿਆਂ ਚ ਸੇਵਾ ਕਰੀ ਬਿਨਾਂ ਲੰਗਰ ਨੀ ਦਿਖਾਂਦੇ ਲੋਕ, ਹੁਣ ਤਾਂ ਇਕੱਠੇ ਹੋ ਕੇ ਗੋਲਕਾਂ ਦੀਆਂ ਵੰਡੀਆਂ ਪਾਉਂਦੇ ਨੇ। ਨੀ ਰੁੜ ਜਾਣੇ ਆਪੇ ਪ੍ਰਧਾਨ, ਆਪੇ ਖਜ਼ਾਨਚੀ, ਕਿਹੜਾ ਕਿਸੇ ਨੇ ਹਿਸਾਬ ਲੈਣਾ, ਪਰ ਇਹੋ ਜਿਹਾਂ ਦਾ ਭਰ ਕੇ ਬੇੜਾ ਡੁੱਬਦਾ ਕੰਜਰਾਂ ਦਾ। ਲਾਹੌਰ ਨੀ ਆਪਣੇ ਪਿੰਡ ਵਾਲਾ ਗ੍ਰੰਥੀ ਨੀ ਸੀ, ਆਹੋ ਉਹ ਚੌੜੇ ਜੇ ਨੱਕਲ ਆ, ਨੀ ਉਹ ਦਾਰੂ ਪੀਂਦਾ ਫੜ ਲਿਆ ਸੱਚੀ, ਹੋਰੇ ਲੋਕਾਂ ਨੂੰ ਫੈਂਟਤਾ, ਨੀ ਚੰਗਾ ਕਰਿਆ ਨਾਲੇ ਗੁਰਦੁਆਰੇ ਚੋਂ ਕੱਢਤਾ, ਨੀ ਚੰਗਾ ਕਰਿਆ ਵੀ। ਸਜ਼ਾ ਚੈੱਕ ਕਰਾਉਣੇ ਬੰਦ ਕਰਤੇ, ਨੀ ਕਾਹਨੂੰ ਕਰਤੇ ਬੰਦ, ਅੰਦਰ ਖਾਤੇ ਸਾਰਾ ਕੁਛ ਚੱਲਦਾ। ਆਹੋ ਤਾਂ ਹੈ, ਉਹ ਆਪਣੇ ਪਿੰਡ ਵਾਲਾ ਡਾਕਟਰ ਨੀ ਜਾਏ ਵੱਡਿਆਂ ਦਾ, ਹਾਂ ਉਹਦੀ ਸ਼ਹਿਰ ਚ ਸਿੱਧੀ ਗੱਲ ਬਾਤ ਹੈ, ਨਾਲ ਲੈ ਕੇ ਜਾਂਦਾ ਉਹ। ਹੋਰ ਨੀ ਸੁਖਦੇਵ ਦੀ ਬਹੂ ਨੀ ਮਿੰਦਰੋ, ਪਹਿਲਾਂ ਬੱਚਾ ਚੈੱਕ ਕਰਾ ਲਿਆ, ਲੈ ਬੋਲ ਨੀ ਕੁੜੀ ਦੀ ਸਫਾਈ ਕਰਾਤੀ, 12-13 ਸਾਲ ਹੋ ਗਏ ਉਈ ਬੈਠੀ ਆ, ਹੁਣ ਕੋਈ ਨੁਕਸ ਪੈ ਗਿਆ। ਲੈ ਬੋਲ ਨੀ ਭੈਣੇ, ਜਿੰਨਾ ਵੀ ਕੋਈ ਜੀ ਆਉਂਦਾ ਹੈ ਜੱਗ ਤੇ ਆਪੋ ਆਪਣਾ ਭਾਗ ਲਿਖਾ ਕੇ ਲਿਆਉਂਦਾ, ਨਾ ਭਲਾ ਕਿਉਂ ਮਾਰਦੇ ਨੇ ਲੋਕ। ਲੈ ਗੁਰਮਿੰਦਰ ਦੀ ਬਹੂ ਕੰਨੀ ਦੇਖ ਲੈ ਕੁੜੇ, ਕੁੜੀ ਨੂੰ ਇਹ ਤਰਸਦੀ ਹੈ, 20 ਸਾਲ ਹੋ ਗਏ ਵਿਆਹੀ ਨੂੰ। ਓਹੋ ਨੀ ਆ ਦਾਜ ਦਾ ਭੈੜਾ ਕੋਡ ਬੰਦ ਹੋ ਜੇ, ਸਭ ਠੀਕ ਹੋ ਜੂਗਾ। ਲੈ ਉਹ ਲੰਬੜਦਾਰਾਂ ਦਾ ਮੁੰਡਾ ਨੀ ਡੂਢ ਲੱਤਾ ਜਿਹਾ, ਕੌਣ ਨੀ ਰੱਜਦਾ ਉਹ ਤੋਂ, 4 ਕਿੱਲੇ ਵਾਹੀ ਦੇ ਨੇ, ਗੱਡੀ ਦਿੱਤੀ ਆ ਕੁੜੀ ਵਾਲਿਆਂ ਨੇ। ਲੈ ਬੋਲ ਭਾਈ, ਦੁਨੀਆ ਦਾ ਤਾਂ ਸਬਰ ਹਿੱਲਿਆ ਪਿਆ, ਚੱਲ ਗੋਹਾ ਘਟ ਗਿਆ, ਬਾਕੀ ਕੱਲ ਨੂੰ ਲਾ ਦਾਂਗੀਆਂ। ਆ ਸੁੱਕੇ ਜੇ ਗੋਹੇ ਭਰ ਲਾ ਭੈਣੇ ਟੋਕਰਾ। ਨੀ ਭਰ ਲਾ ਨਾਲੇ ਆ ਜਾ ਕੁੜੇ, ਰੋਟੀ ਖਾ ਕੇ ਜਾਈ, ਨਾਲੇ ਕੰਡੇ ਜੇ ਵਾਲੀ ਚਾਹ ਬਣਾ ਕੇ ਪੀਨੀ ਆ, ਜਿਉਂਦੀ ਰਹਿ ਭੈਣੇ, ਥੱਕ ਗਈਆਂ ਸਵੇਰ ਦੀਆਂ, ਜੈ ਖਾਣੇ ਦਾ ਕੰਮ ਹੈ ਨੀ ਮੁੱਕਦਾ ਹੈਗਾ। ਆ ਚੱਲੀਏ ਫਿਰ, ਆ ਜਾ। ਉਹ ਪੱਟਤਾ ਪਟੋਲੇ ਦੀ ਬਲੌਰੀ ਅੱਖ ਨੇ, ਓਏ ਮੁੰਡਾ ਪੱਟਤਾ, ਉਹ ਜਮਾ ਚੱਟਤਾ। ਓਏ ਕੀ ਗੱਲ, ਬੜਾ ਖੁਸ਼ ਹੋਇਆ ਹੋਣਾ, ਉਹ ਕੋਈ ਬਲੌਰੀ ਅੱਖ ਵਾਲੀ ਹੱਸ ਕੇ ਤਾਂ ਨਹੀਂ ਲੰਘ ਗਈ, ਉਹ ਦਿਲ ਤੇ ਨਾ ਲਾ ਲਈ ਕਿਤੇ, ਸਾਡਾ ਤਜਰਬਾ ਬੱਲਿਆ, ਇਹ ਤਾਂ ਛੜਿਆਂ ਦੇ ਕਾਲਜੇ ਫੂਕ ਫੂਕ ਕੇ ਸਵਾਦ ਲੈਂਦੀਆਂ। ਬਿੱਲੀਆਂ ਨੂੰ ਚੂਹਾਂ ਦੇ ਸੁਪਨੇ, ਉਹ ਕੱਲ ਨੂੰ ਲਾਟਰੀ ਨਿਕਲ ਰਹੀ ਹੈ ਆਪਾਂ ਨੂੰ ਪੂਰੇ 1.5 ਕਰੋੜ ਦੀ। 1.5 ਕਰੋੜ ਦੀ, ਤੇਰੇ ਕੀ ਸਾਲੇ ਮੱਥੇ ਤੇ ਲਿਖਿਆ ਹੋਇਆ ਵੀ ਲਾਟਰੀ ਤੈਨੂੰ ਹੀ ਨਿਕਲੂ। ਬਿਲਕੁਲ, ਓਏ ਸੰਤ ਬਾਬਾ ਅਲਮ ਟਲਮ ਨੇ ਲੰਬਰ ਲਾਇਆ, 2000 ਲਿਆ, ਕਹਿੰਦਾ ਆ ਨੰਬਰ ਲਾ ਦੇ ਤੇਰੀ ਲਾਟਰੀ ਪੱਕੀ। ਓ ਜੈ ਜੈ ਬਾਬਾ ਅਲਮ ਟਲਮ, ਅਲਮ ਟਲਮ, ਅਲਮ ਟਲਮ, ਟਲਮ ਟਲਮ। ਯਾਰ ਬਾਬੇ ਦਾ ਤਾਂ ਨਾ ਬਚਨ ਪੂਰਾ ਹੁੰਦਾ, ਵੱਢ ਖਾਣਿਆਂ ਦੇ ਮੁਖਤਿਆਰੇ ਨੂੰ ਬਚਨ ਕੀਤਾ ਸੀ, ਧਰਮ ਨਾਲ ਕੂੰਜਰ ਗੀ ਰੰਨ ਮਿਲੀ ਆ ਉਹਨੂੰ ਨੇ ਕਿਹਾ। ਓਏ ਹਏ ਬਾਬਿਆ, ਜੇ 1.5 ਕਰੋੜ ਦੀ ਲਾਟਰੀ ਨਿਕਲ ਆਈਗੀ ਨਾ, ਫਿਰ ਤਾਂ 50-60 ਤੀਵੀਆਂ ਲਿਆ ਕੇ ਬਿਠਾ ਦੂੰ ਵਿਹੜੇ ਚ। ਉਹ ਦੇਖੀ ਤਾਂ ਸਹੀ, ਜਿਹੜੀਆਂ ਭਰਜਾਈਆਂ
ਹੁਣ ਦੂਰਾ ਕੁੰਡ ਕੱਢ ਕੱਢ ਕੇ ਪਾਸਾ ਮਾਰ ਕੇ ਲੰਘਦੀਆਂ ਨੇ ਨਾ, ਫਿਰ ਦੇਖੀ ਨੰਗੇ ਮੂੰਹ ਹਾਲ ਚਾਲ ਪੁੱਛਿਆ ਕਰਨਗੇ, ਹਾਏ ਕੀ ਹਾਲ ਹੈ ਜੀ। ਮਗ ਸ਼ਰੀਕਾਂ ਦੇ ਦੰਦ ਜੁੜਨਗੇ ਜਿਹੜੇ ਜਵਾਕ ਸਾਲੇ ਤਾਇਆ ਤਾਇਆ ਕਰਦੇ ਸੀ ਨਾ, ਫਿਰ ਦੇਖੀ 2 ਰੁਪਏ ਚਾਚਾ ਕਿਆ ਕਰਨਗੇ। ਓ ਮੈਂ ਤਾਂ ਕਹਿਣਾ ਕੱਲ ਕੀ ਨੇ ਦੇਖੀਆ, ਅੱਜ ਕਰ ਦੋ ਸਾਰੇ ਪਿੰਡ ਨੂੰ ਪਾਰਟੀ। ਚਲੋ ਹਾਂ, ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਜੇ ਵੀ ਕਰੋੜਾਂ ਰੁਪਏ ਇਹਨਾਂ ਦੇ ਘਰੇ ਆ ਰਿਹਾ। ਓਏ ਨਾਲੇ ਗੱਲ ਸੁਣ ਮੇਰੀ, ਉਹ ਗੱਡੀ ਕਿਹੜੀ ਲਈਏ ਫਿਰ ਆਪਾਂ? ਨਾਲੇ ਸੁਣੋ ਭਰਾਵੋ, ਹਾਂ ਆਪਾਂ ਕੋਠੀ ਹੁਣ ਸ਼ਹਿਰ ਚ ਲਵਾਂਗੇ, ਉੱਥੇ ਠੀਕ ਰਹੂਗੀ। ਹਾਂ ਇੱਥੇ ਤਾਂ ਗਵਾਂਢ ਨਹੀਂ ਚੱਜਦਾ, ਗਵਾਂਢਣਾ ਵਧੀਆ ਰਹੇਗੀਆਂ। ਸਹੀ ਗੱਲ ਹੈ, ਲੈ ਕਰੋ ਜਾਓ ਦਾਰੂ ਦਾ ਇੱਕ ਡੱਬਾ ਲਿਆਓ, ਲੈ ਮੈਂ ਜਾਣਾ ਚੱਠਿਆਂ ਵਾਲੇ ਬਾਬੇ ਕੋਲੇ ਤੇ ਪੜ ਪੜ ਕੇ ਧਰਤੀ ਗਿੱਧਾ ਪਾ ਦਿਆਂਗੇ। ਮੈਂ ਕਿਹਾ ਅੱਜ ਧਮਾਲਾ ਪੈਣ ਗਿਆ। ਬਿਲਕੁਲ ਪਟਿਆਲੇ ਜਲ ਤੇ ਫੁੱਲ ਤਰਦਾ ਤਾਰੀ ਜੋ ਬੁਨ ਮੈਂ ਕਰਿਆ।
ਦੀ ਤੂਰੀ ਇਹਦੇ ਵਿੱਚ ਰੇ ਸੁਣੀ ਤੂਰ ਮਾਰਦੀ ਕੁੱਕਾ ਬਿਆਦੀ ਬੁੜੇ ਨੂੰ ਜ਼ਿੰਦਗੀ ਚ ਕਦੇ ਐਡਾ ਘਾਟਾ ਨੀ ਪਿਆ, ਪੂਰਾ 1.5 ਕਰੋੜ ਦਾ ਘਾਟਾ ਰਹਿੰਦਾ ਖੁੰਦਾ 10,000 ਉੱਤੋਂ ਲੱਗ ਗਿਆ। ਅਸੀਂ ਤਾਂ ਸਾਲੇ ਕਦੇ ਪਤੀ ਨੀ ਬਣੇ, 1.5 ਕਰੋੜ ਦੇ ਪਤੀ ਕਿੱਥੋਂ ਬਣ ਜਾਂਦੇ। ਸਹੀ ਗੱਲ, ਇੰਨੀ ਦਾਰੂ ਪੀਤੀ ਲੋਕਾਂ ਨੇ, ਮੰਜਾ ਦੇ ਪਾ ਪਾ ਕੇ ਮੇਰੇ ਸਾਲਿਆਂ ਨੂੰ ਘਰੋ ਘਰੀ ਛੱਡ ਕੇ ਆਇਆ। ਜੇ ਮੇਰਾ ਸਾਲਾ ਹੋ ਜਿਹੜਾ ਤੇਰੇ ਵਾਲਾ ਸਾਹ ਦਾ ਟੱਲ ਮਟਾਲਾ ਨਾ ਮਿਲ ਜੇ, ਮੇਰੀ ਲੈ ਲਾ ਭੈਣ ਨਾ ਪੇ। ਚੁੱਪ ਕਰ ਮੇਰੀ ਗੱਲ ਸੁਣ, ਹੁਣ ਇੱਥੇ ਬੈਠਾ ਭਕਾਈ ਮਰੀ ਜਾਂਦਾ। ਜੇ ਸਾਲਿਆ ਸਾਧ ਨੂੰ 4 ਪੈਸੇ ਹੋਰ ਦੇ ਦਿੰਦਾ, ਸਾਧ ਤਾਂ ਪੂਰਾ ਜ਼ੋਰ ਲਾ ਦਿੰਦਾ ਆਪਦਾ। ਦਿੱਤੇ ਸੀ ਹੋਰ ਕੁੰਡਾ ਕਰਾ ਦੇ ਭਰਜਾਈਆਂ ਨੇ ਨਾ, ਮੈਂ ਭਰਜਾਈਆਂ ਨੂੰ ਕਿਵੇਂ ਮੂੰਹ ਦਿਖਾਊਂਗਾ। ਉਹ ਬੈਜਾ ਬੈਜਾ, ਅੱਗੇ ਤਾਂ ਤੇਰਾ ਰੋਜ਼ ਬਥਾੜੇ ਦਾ ਦਰਸ਼ਨ ਪਾਉਂਦੀਆਂ ਉਹ, ਆਪਾਂ ਤਾਂ ਭਰਾਵੋ ਅੱਜ ਬਾਹਰ ਹੀ ਨਹੀਂ ਨਿਕਲਦੇ। ਅਰੇ ਇੱਥੇ ਦੀ ਬਹੂ ਨੀ, ਅੱਜ ਉੱਚੀ ਉੱਚੀ ਕਰਦੀ ਸੀ, ਨੀ ਆਇਆ ਨੀ ਚੱਕ, ਮੇਰਾ ਕਾਲਜਾ ਫੂਕ ਦਿੱਤੀ। ਮੈਨੂੰ ਤਾਂ ਸਾਲਾ ਐਂ ਲੱਗਿਆ ਪਿਆ ਸੀ ਵੀ ਹੁਣ ਤਾਂ ਵਿਆਹ ਪੱਕਾ। ਉਹ ਚੱਲ ਛੱਡੋ ਯਾਰ ਪਰਾਂ, ਮੈਂ ਤੁਹਾਡੇ ਨਾਲ ਹੋਰ ਰਹਿ ਕਰਾਂ, ਆਪਾਂ ਐਤਕੀ ਸਰਪੰਚੀ ਨਾਲ ਖੜੇ ਹੋ ਜਾਈਏ। ਰਹਿਣ ਦੇ, ਬਣਿਆ ਸਰਪੰਚੀ ਦਾ ਕਿਸੇ ਨੇ ਸੱਚ ਕਿਹਾ ਹੈਗਾ, ਕਹਿੰਦੇ ਜੇ ਕਿਸੇ ਨਾਲ ਦੁਸ਼ਮਣੀ ਕੱਢਣੀ ਹੋਵੇ ਨਾ ਤਾਂ ਸਰਪੰਚੀ 'ਚ ਖੜਾ ਕਰ ਦੋ। ਮੇਰਾ ਮਤਲਬ ਪਤਾ ਕੀ ਆ, ਜੇ ਆਪਾਂ ਸਰਪੰਚ ਬਣ ਗਏ ਫਿਰ ਵਿਆਹ ਤਾਂ ਸੜਿਓ ਹੋ ਜੂ। ਯਾਰ ਟੋਬੇ ਫੂਕਾਂ ਦਾ ਬਣਸਾ ਖੜਾ ਹੋ ਰਿਹਾ, ਉਹਨੂੰ ਵੋਟ ਕਿਹਨੇ ਪਾਉਣੀ ਹੈ? ਲੋਕ ਤਾਂ ਭੈਣ ਦੇ ਪਤੀਲੇ ਉਈ ਲੱਗਦੇ ਨੇ ਯਾਰ। ਉਹ ਲੋਕਾਂ ਦਾ ਕੀ ਹੈ, ਭੌਂਕੀ ਜਾਂਦੇ ਹੈ, ਉਹ ਪੁੱਕੀ ਖਵਾਓ ਦਾਰੂ ਪਿਆਓ ਤੇ ਵੋਟ ਪੱਕੀ। ਲੋਕ ਭੈਣ ਦੇ ਪਟਵਾਰੀ ਨੇ, ਕਿਉਂ ਖਾਂਦੇ ਹੋਰ ਪਾਸੇ ਨੇ, ਵੋਟਾਂ ਮੇਰੇ ਸਾਲੇ ਹੋਰ ਨੂੰ ਪਾਉਂਦੇ ਨੇ। ਇਹ ਵੀ ਠੀਕ ਆ। ਦੇਖੋ ਮੇਰੀ ਸੁਣੋ ਗੱਲ, ਪੰਚਾਇਤ ਨੂੰ ਦੇਖੋ ਕਿੰਨੀਆਂ ਗ੍ਰਾਂਟਾਂ ਆਉਂਦੀਆਂ ਨੇ ਜੇ ਸਾਲਿਓ ਆਪਾਂ ਸਰਪੰਚ ਬਣ ਗਏ ਫਿਰ ਗਲੀਆਂ ਖਾਵਾਂਗੇ, ਨਲੀਆਂ ਖਾਵਾਂਗੇ, ਟੱਟੀਆਂ ਖਾਵਾਂਗੇ। ਸਹੀ ਗੱਲ ਹੈ ਯਾਰ, ਪਿਛਲੀ ਪੰਚਾਇਤ ਝੋਟਾ ਵਿੱਚ ਕੇ ਖਾ ਗਈ ਸੀ। ਉਹ ਠੀਕ ਹੈ, ਜਿਵੇਂ ਤੁਹਾਡੀ ਮਰਜ਼ੀ, ਤੜਕੇ ਭਰਦਿਆਂ ਫਿਰ ਕਾਗਜ਼ ਹੈ, ਨਾਲੇ ਆਪਣਾ ਹੋ ਜੂਗਾ ਵਿਆਹ ਤੇ ਨਾਲੇ ਗੱਲਾਂ ਵੱਲੋਂ ਹਟ ਜਾਣਗੀਆਂ। ਠੀਕ ਹੈ ਯਾਰ। ਲੈ ਫੜ ਤਨ ਹੋ ਗਿਆ, ਆ ਫੇਰ ਹੋ ਗਿਆ ਪੈਂਚਰ ਤੇਰਾ ਬਾਪ। ਓ ਲੈ ਓਏ, ਐਂ ਕਿਵੇਂ ਹੋ ਗਿਆ, ਮੈਂ ਤਾਂ ਜਦੋਂ ਲਾਉਣਾ ਪੱਕਾ ਪੈਂਚਰ ਲਾਉਣਾ। ਹੱਦ ਹੋ ਗਈ, ਲੁੱਟਣ ਦੇ ਲੱਕ ਬੰਨਿਆ, 3 ਵਾਰੀ ਹੋਵਾ ਭਰਾ ਦੀ ਲੀਕ ਹੋ ਗਈ, 5 ਰੁਪਏ ਉਹਨੂੰ ਡੁੱਕ ਲੰਦਾ। ਓ ਸ਼ੇਰਾ, ਮੈਂ ਤੈਨੂੰ ਉਦੋਂ ਕਿਹਾ ਤਾਂ ਹੈਗਾ ਟੀਵੀ ਟਿਊਬ ਬਦਲਣੀ ਪਊ। ਮਹੀਨਾ ਨੀ ਹੋਇਆ ਬਦਲੀ ਨੂੰ, ਉਦੋਂ ਭਰਾ ਨੀ ਪਾਤੀ ਹੋਣੀ, ਵੱਡਾ ਚਲਾਕ। ਓਏ ਮੈਂ ਤਾਂ ਇਹੋ ਜਿਹੇ ਕੰਮ ਦੀ ਧਾਰ ਨੀ ਮਾਰਦਾ, ਉਈ ਜਵਾਕ ਜਿਹਾ ਦੂਸਣ ਲਾਈ ਜਾਂਦਾ ਓਏ ਬਲਿੰਦਰਾ ਆਈ ਓਏ। ਚੰਗਾ ਗੁਰੂਆ, ਹੁਣ ਟੂਬ ਬਦਲ ਦੇ, ਕੱਲੀ ਕਹਿਰੀ ਜਾਣਾ, ਸੌਤਨ ਦੇ ਕਰਨੇ ਪੈਂਦੇ ਨੇ। ਓਏ ਤੂੰ ਬਾਈਕ ਤਾਂ ਸਹੀ, 2 ਮਿੰਟ ਮੈਂ ਤਾਂ ਇਹਨੂੰ ਹੁਣ ਬੰਬੂ ਕਾਟ ਬਣਾ ਦਿੰਦਾ, ਕਹਿਣ ਕਸਦੀ ਨਾਲੇ ਗਰੀਸ ਕਰਦੀ। ਓਏ ਤੈ ਤਾਂ ਮੈਨੂੰ ਘਾਟਾ ਪਵਾਤਾ, ਲਿਆ 60 ਰੁਪਏ। ਹੱਦ ਹੋ ਗਈ, ਉਦੇ ਦਿੱਤੇ ਤੇ ਟੂਬ ਪਵਾਈ ਦੇ, ਪਾ ਕੇ ਉਦੋਂ ਪੁਰਾਣੀ ਟੂਬ ਭਾਲ ਘਟਾਵੇਂ। ਲੈ ਹੱਦ ਹੋ ਗਈ। ਉਹ ਜਦੋਂ ਵੀ ਆਊ ਜਵਾਕ ਜਾ ਜੀਤ ਪੰਚਰ ਵਾਲੇ ਨੂੰ ਪੰਚਰ ਲਾ ਜਾਂਦਾ। ਨੀ ਕੀ ਗੱਲ ਚਰਨੋ, ਚੁੱਪ ਚਾਪ ਬੈਠੀ ਐ, ਨੀ ਬੋਲਦੀ ਨੀ, ਹਾਏ ਹਾਏ, ਨੀ ਕੱਪੜਿਆਂ ਤੇ ਕਾਹਦਾ ਗੁੱਸਾ ਕੱਢ ਰਹੀ ਆ ਕੁੜੇ। ਲੈ ਚੱਲ ਨਿਚੋੜ ਕੱਪੜੇ ਹੁਣ,
जागर भी बकरियां लेके आ गया हो भाई। नहीं मैं सुनिया है साधु काने का नेक सरपंची च खड़ा हो रहा है। आहा ना तू पाऊंगी फिर वोट। ले गल्ला बनवाणिया ने। चल आजा चक ला बठल जाके लचकर सुना गया। चल भेने चल ले केरा चल चकाता। हां ले ए आ ले कर के ना लंबा जहा हाँ। चल तोड़ ला हुन फटाफट। चल ओ मुंडे जीतूगा भाई जीतूगा भोक वाला जीतूगा जीतूगा भाई जीतूगा भोक वाला जीतूगा। छड़ा प्लाई पार्टी जिंदाबाद। छड़ा प्लाई पार्टी जिंदाबाद। जीतूगा भाई जीतूगा भोक वाला जीतूगा। मैनू तो ए लगदा मुंडियो आपा जित गए। ए कोटले वालिया तेरा बकरा देवांगे। सुखा सुखी जाना है फिर जाद नहीं रहनिया पासा पुठा पदन गए बाबे। जा परा कच्चा ना होवे छड़ियां सबको माफ है। ओए तुसी अब दीपक ही मारी जाने हो। ओए मुंडिया चल तू बोल। बड़ा कट है यार नाले तो मेरा ओ निकलदा है ते नाले मेरीयां लत्तां कंबी जांदियां ने यार। ओ तू खड़ा हो कंबदियां ने लत्तां। ओए मैनू बोलना नहीं आउंदा यार। ओ मुंडिया ओए तू करड़ा जा होके भाषण दे। देखता सही तेरिया भरजाइया खड़िया ने। ओए तू ला दे पंचर। ओ जिमे तेनू घरे लट्टा लवाया होवे बोल दे। प्यारी भरजाइयो हाँ। बाकी सारी लल्ली छल्ली तुसी अपना सारा जोर मैनू ना जिते हुण ते लाउणा है। मैं कल्ली कल्ली नू खुश करके रखू। असी तुहाडे अपने प्यार करन वाले हां कोई गैर नहीं। प्यारी भरजाइयो असी मनदे हां असी तुहानू छेड़िया पर उसके बदले तुहाडियां जुत्तियां भी खादियां। हिसाब बराबर होया ते तुसी लांगड़े बोक ते मोहरां लाओ ते सानू मालो माल कर दो। साडी कामयाबी रन्ना वाला नू चुभेगी। तो साडे सारे गिले शिकवे भुल के तुसी चूड़े वाली बांधे ना कुंड कट के नरम नरम हथा नाल लांगड़े बोक ते मोहरां लाओ। मित्रां नू खुश कर दो थोड़े पार होणगे वेड़े। असी तुहाडे हां सदा तुहाडे ही रहांगे। तू कला तीवियां बारे कही जाना है भाइयां नू भी कुछ बोल। हां प्रभो तुसी सानू वोटा पाओ। अपने घरे दारू दा मीट दा पुक्की दा लंगर चल रहा है। जिन्ना मर्जी खाओ छड़ा दे गुण गाओ। ओ देखो देव ओ जिवे इनू करे क्या सी ओवे नी बोलता। देख ला मेरे साले ने सारे लोग बजाते लैला वोटा। आपा तो वोटा पैण तो पहले ही हार गए। मैं नहीं खड़ा होंदा। मैं तो भाई ना मैं तो भाई अपने कागज वापस लेना। भैन मरावे खड़ी होके सरपंच। कदे साडे वी बनेरे उत्ते बोल नित बोल दें गवांडियां दे का आवा। लो बिस्कुट दाल भुजिया ते नाले ऐ करो देव दो किलो दुध लिया। तू भी मुंह सिर समार लै जीत चाचा अज तक नहीं बौड़िया। दुध नु तां मैं बाली भी देती बिस्तरा बछाया पे है। ए हौली चला दे तू ऐ च लई जांदा साइकिल। चल रोक ला लगदा घर आ गया। ओए तू हुन मरदा कोई बोली करे आके। चंगा कोशिश करूंगा। घर तां भला ही सोहना लगदा मुंडे भी बाली सोहने लगदे ने। ओए मुंडे आजा आजा सुजन सिंह बैठ देखिया कर जीत ता लाउंदा है पक्का पंचर लाउंदा है। लिया भाई बंदा भला मेरा मतलब मुंडा भला। ओ गुरदेव सिंह ओ गुरदेव आ साधु नु लेके आ छोटे भाई। ਸ਼ਰਮੀਲਾ ਸਾਲਿਆ ਮੈਂ ਮਰ ਜਾ ਹੈ ਭਾਈ ਕੰਮ ਕੀ ਕਰਦਾ ਜੀ ਸੋਡੀ ਕੁੜੀ ਆ ਕੇ ਕੰਮ ਲਾਓ। ਓਏ ਮੈਂ ਤਾਂ ਸੁਰਜਣਾ ਤੈਨੂੰ ਗਰੰਟੀ ਦਿੰਦਾ ਜੇ ਦੀਵਾ ਲਾ ਕੇ ਲੱਭੇ ਨਾ ਤਾਂ ਵੀ ਤੈਨੂੰ ਇਹੋ ਜਿਹਾ ਚਿਰਾਗ ਨਹੀਂ ਮਿਲਣਾ
ਮਜਾਲ ਹੈ ਕਦੇ ਅੱਖ ਚੁੱਕੀ ਹੋਵੇ, ਨਾਲੇ ਆਪਣੀ ਕੁੜੀ ਨੂੰ ਇੱਥੇ ਕਿਸੇ ਚੀਜ਼ ਦੀ ਤੋੜ ਨਹੀਂ ਰਹਿਣੀ। ਮੈਂ ਤਾਂ ਜਦੋਂ ਲਾਉਣਾ ਪੱਕਾ ਪੈਂਚਰ ਲਾਉਣਾ। ਐਵੇਂ ਮਰਜਾ ਬੇ ਜੀਤ, ਬੇ ਤੂੰ ਮੈਨੂੰ ਦੱਸਿਆ ਨੀ ਬੇ ਮੁੰਡਾ ਇੱਕ ਅੱਖੋਂ ਕਾਣਾ। ਓਏ ਵਧੀਆ, ਤੇਰੀ ਕੁੜੀ ਮੂਹਰੇ ਸਾਰੀ ਉਮਰ ਕਾਣਾ ਰਹੂ। ਦੇਖ ਭਾਈ ਕਾਕਾ, ਚਲੋ ਬਾਕੀ ਤਾਂ ਸਭ ਠੀਕ ਹੈ, ਹੈ ਤੁਹਾਨੂੰ ਜੀਤ ਨੇ ਵਿਚਲੀ ਗੱਲ ਤਾਂ ਸਾਰੀ ਦੱਸ ਹੀ ਦਿੱਤੀ ਹੋਣੀ ਹੈ, ਹੈ ਮੈਨੂੰ ਤਾਂ ਮੁੰਡਾ ਬਲਾਈ ਪਸੰਦ ਆ ਭਾਈ। ਨੀਲੀ ਛਤਰੀ ਵਾਲਿਆ ਬਿਨਾਂ ਥਮਾਂ ਤੋਂ ਡਹਿਰਿਆ, ਕੋਈ ਸਾਡਾ ਇਲਾਜ ਬਣਾ ਤੀਵੀਂ ਪਜਵਾ, ਤੀਵੀਂ ਪਜਵਾ। ਨੀਲੀ ਛਤਰੀ ਵਾਲਿਆ ਬਿਨਾਂ ਥਮਾਂ ਤੋਂ ਠਹਿਰਿਆ, ਕੋਈ ਸਾਡਾ ਇਲਾਜ ਬਣਾ ਤੀਵੀਂ ਪਜਵਾ। ਕਦੇ ਸਾਡੀ ਵੀ ਜਮਾਂਦਰੂ ਛੜੇ ਨੇ, ਸਮਾਜ ਦੇ ਦੁਰਕਾਰੇ ਹੋਏ, ਤੁਹਾਡੇ ਭਗਤਾਂ ਤੇ ਭੀੜ ਪਈ ਹੈ, ਆਪਣੇ ਭਗਤਾਂ ਦੀ ਰਾਖੀ ਕਰਨਾ ਤੁਹਾਡਾ ਇਕਲਾਕੀ ਫਰਜ਼ ਹੈ। ਤੂੰ ਨੀ ਉਹਨਾਂ ਨੂੰ ਜਾਣਦੀ, ਉਹ ਪਤਾ ਨੀ ਕੀ ਮੰਗ ਲੈਣ। ਫਿਰ ਤੁਹਾਡੇ ਕੋਲ ਕਿਸ ਚੀਜ਼ ਦਾ ਘੱਟ ਹੈ? ਜੇ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਮੈਂ ਚਲੀ ਜਾਂਦੀ ਹਾਂ। ਨਾ ਨਾ, ਤੂੰ ਨਾ ਜਾਈ, ਗੱਲਾਂ ਬਣ ਜਾਣਗੀਆਂ, ਮੈਂ ਚਲਾ ਜਾਂਦਾ। ਸਵਾਮੀ, ਮੈਂ ਵੀ ਨਾਲ ਜਾਵਾਂਗੀ, ਆਖਿਰ ਉਹ ਤੁਹਾਡੇ ਭਗਤ ਨੇ, ਤੁਹਾਨੂੰ ਤੁਹਾਡੇ ਭਗਤਾਂ 'ਤੇ ਇੰਨਾ ਭਰੋਸਾ ਨਹੀਂ? ਚਲੋ, ਜਿਵੇਂ ਤੇਰੀ ਇੱਛਾ। ਚੁੱਪ ਕਰੋ, ਚੁੱਪ ਕਰੋ ਕੰਜਰ ਦਿਓ ਸਾਲਿਓ, ਦੇਖ ਲਓ ਸੱਚੀ ਮੁੱਚੀ ਦੇ ਸ਼ਿਵਜੀ ਜੀ ਮਹਾਰਾਜ ਆ ਗਿਆ। ਹਾਂ ਬਈ ਭਗਤੋ, ਕੀ ਕਸ਼ਟ ਹੈ ਜੀ? ਇੱਕ ਹੋਵੇ ਤਾਂ ਦੱਸੀਏ, ਆਪੇ ਜਾਣੀ ਜਾਣੋ ਜੀ ਤੁਸੀਂ। ਆ ਗਿਆ, ਜੇ ਥੋੜੀ ਦੇਰ ਹੋਰ ਨਾ ਆਉਂਦਾ ਅਸੀਂ ਤਾਂ ਹਵਨ 'ਚ ਛਾਲ ਮਾਰ ਕੇ ਸਤੀ ਹੋ ਜਾਣਾ ਸੀ ਮਹਾਰਾਜ। ਇਹ ਪਾਰਵਤੀ ਹੈ। ਚੁੱਪ ਕਰੋ ਮਹਾਰਾਜ, ਅਸੀਂ ਜ਼ਿੰਦਗੀ ਤੋਂ ਹਾਰ ਚੁੱਕੇ ਹਾਂ ਜੀ। ਭੋਲੇ ਸ਼ੰਕਰ ਜੀ ਮਹਾਰਾਜ, ਰੰਨਾ ਵਾਲਿਆਂ ਨੇ ਸਾਡੀ ਜੂਨ ਕੁੱਤੇ ਤੋਂ ਵੀ ਪੈੜੀ ਕਰ ਰੱਖੀ ਹੈ। ਸਾਡੇ ਕਾਲਜ 'ਚ ਪਾਂਬੜ ਨਿਕਲਦੇ ਨੇ ਜੀ, ਜਦੋਂ ਜੀ ਸਕੂਟਰ ਦੇ ਪਿੱਛੇ ਐਂ ਹੱਥ ਪਾ ਕੇ ਬੈਠਦੀਆਂ ਨੇ ਜੀ, ਪੁੱਛੋ ਨਾ ਕੁਛ। ਲੋਕਾਂ ਨੇ ਸਾਡਾ ਚੁੱਲ੍ਹਾ ਛੇਕ ਛੱਡਿਆ ਜੀ, ਜੀ ਮੰਗਦੀ ਖੈਰ ਲੈਣ ਨਹੀਂ ਆਉਂਦੀ, ਕਹਿੰਦੀ ਗੱਲਾਂ ਬਣ ਜਾਣਗੀਆਂ। ਇਸ ਜੱਗ ਦਾ ਕੋਈ ਮੂੰਹ ਨਹੀਂ ਫੜ ਸਕਦਾ ਬੱਚਾ। ਤੁਹਾਡਾ ਮਨ ਸਾਫ ਹੈ, ਤੁਹਾਡਾ ਦਾਮਨ ਪਵਿੱਤਰ ਹੈ, ਤੁਹਾਨੂੰ ਜੱਗ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਮਹਾਰਾਜ, ਜਦੋਂ ਅਸੀਂ ਮਨ ਦੇ ਸਾਫ ਹਾਂ, ਫਿਰ ਇਹ ਰੰਨਾ ਸਾਡੇ ਤੋਂ ਦੂਰਾ ਕੁੰਡ ਕਿਉਂ ਕੱਢਦੀਆਂ ਨੇ? ਕਿਉਂ ਇਸ ਸਮਾਜ ਨੇ ਸਾਡਾ ਜੀਣਾ ਦੁੱਭਰ ਕੀਤਾ ਹੋਇਆ ਜੀ? ਇਹ ਲੋਕ ਸਾਡੇ ਨਾਲ ਵਿਤਕਰਾ ਕਰਦੇ ਨੇ, ਸਾਨੂੰ ਵਿਆਹ ਸ਼ਾਦੀ 'ਚ ਨਹੀਂ ਬੁਲਾਉਂਦੇ, ਸਾਨੂੰ ਲੱਸੀ ਨਹੀਂ ਦਿੰਦੇ, ਸਾਡੀ ਮਾਂ ਮਰ ਗਈ ਕੋਈ ਅਫਸੋਸ ਕਰਨੀ ਆਈ, ਮੋਤੀ ਦੋਜੀ ਵੀ ਨਹੀਂ ਆਉਂਦਾ, ਕਹਿੰਦਾ ਗੱਲਾਂ ਬਣ ਜਾਣਗੀਆਂ। ਕੋਈ ਟੁੱਟੀ ਭੱਜੀ ਅੱਧਖੜ ਲਿਖ ਦਿਓ ਜੀ ਕਿਸਮਤ 'ਚ। ਨਹੀਂ, ਤੁਹਾਡਾ ਵਿਆਹ ਕਦੇ ਨਹੀਂ ਹੋ ਸਕਦਾ ਬੱਚਾ। ਕਿਉਂ ਮਹਾਰਾਜ? ਐ ਨਾ ਕਰੋ ਮਹਾਰਾਜ, ਤੁਸੀਂ ਐਂ ਕਰੋ ਸਾਡੇ ਨਾ ਕਰਮ ਦੁਬਾਰਾ ਲਿਖ ਦਿਓ ਜੀ, ਬਸ ਮੈਂ ਤੁਹਾਨੂੰ ਦੱਸਦਾ। ਹੁਣ ਦੇਖ ਲਓ ਤੁਹਾਡੀ ਉੱਪਰ ਤੱਕ ਦੇਖ ਲਓ ਕਿੰਨੀ ਚੱਲਦੀ ਹੈ। ਇਹਦੇ ਵਿੱਚ ਤੁਹਾਡੇ ਕਰਮਾਂ ਦਾ ਦੋਸ਼ ਨਹੀਂ, ਦੋਸ਼ ਇਹ ਸਮਾਜ ਦਾ। ਤੁਹਾਡੇ ਹਿੱਸੇ ਦੀਆਂ ਕੁੜੀਆਂ ਸਮਾਜ ਨੇ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤੀਆਂ। ਹਾਂ, ਸੰਜੋਗ ਤਾਂ ਹਰ ਇੱਕ ਦੇ ਬਰਾਬਰ ਦੇ ਹੁੰਦੇ ਨੇ, ਤੁਹਾਡੇ ਵੀ ਸੰਜੋਗ 'ਚ ਸੀ, ਪਰ ਆ ਲੋਕ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰੀ ਜਾਂਦੇ ਨੇ, ਕੁੜੀਆਂ ਮੁੰਡਿਆਂ ਨਾਲੋਂ ਬਹੁਤ ਘੱਟ ਰਹਿ ਗਈਆਂ। ਜਿਸ ਔਰਤ ਨੇ ਰਿਸ਼ੀਆਂ ਮੁਨੀਆਂ ਨੂੰ ਜਨਮ ਦਿੱਤਾ, ਪੀਰ ਪੈਗੰਬਰਾਂ ਨੂੰ ਜਨਮ ਦਿੱਤਾ, ਅੱਜ ਜੱਗ ਦੀ ਜਨਨੀ ਨੂੰ ਖਤਮ ਕੀਤਾ ਜਾ ਰਿਹਾ। ਔਰਤ ਖੁਦ ਹੀ ਆਪਣੀਆਂ ਨਸਲਾਂ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਇਹ ਦੁਨੀਆ ਖਤਮ ਹੋ ਜਾਵੇਗੀ। ਇਹਦੇ ਵਿੱਚ ਸਾਡਾ ਕੀ ਕਸੂਰ ਹੈ ਪ੍ਰਭੂ? ਤੁਸੀਂ ਬਹੁਤ ਕੁਝ ਕਰ ਸਕਦੇ ਹੋ, ਇੱਕ ਨਵਾਂ ਸਮਾਜ ਬਣਾ ਸਕਦੇ ਹੋ, ਲੋਕਾਂ ਦੀਆਂ ਅੱਖਾਂ ਖੋਲ ਸਕਦੇ ਹੋ ਵੀ ਭਰੂਣ ਹੱਤਿਆ ਪਾਪ ਹੈ, ਸੋ ਤੁਸੀਂ ਸਭ ਕੁਝ ਕਰ ਸਕਦੇ ਹੋ। ਸੋ ਤੁਹਾਡੇ ਕਰਨ ਤੇ ਕਿਸੇ ਮਾਸੂਮ ਦੀ ਜਾਨ ਬਚ ਗਈ ਤੇ ਤੁਹਾਡਾ ਵਿਆਹ ਅਵਸ਼ ਹੋਵੇਗਾ। ਲਓ ਭਰਾਵੋ, ਸ਼ਿਵਜੀ ਮਹਾਰਾਜ ਤਾਂ ਚਲੇ ਗਏ, ਇਹ ਨੇਕ ਕੰਮ ਅੱਜ ਤੋਂ ਕਰਨਾ ਸ਼ੁਰੂ ਕਰ ਦਿਓ। ਵੀਰਾ ਮਹਾਵੀਰਾ ਨੂੰ ਜ
ਜੰਮਦੀ ਤੇ ਪੀਰ ਪੈਗੰਬਰ ਜੰਮੇ ਜੋ ਫਲ ਦੇਣ ਵਾਲੇ ਇਸ ਬੂਟੇ ਨੂੰ ਨਾ ਤੁਸੀਂ ਉਜਾੜੋ ਬੇਦਰਦੋ ਆਪਣੇ ਆਪਣੇ ਘਰੋਂ ਘੁਸ ਗਏ ਯਾਰ, ਕੋਈ ਜਵਾਬ ਹੀ ਨਹੀਂ ਦਿੱਤਾ। ਇਹ ਬੱਚੇ ਦੇਖੋ ਕੈਸੇ ਮੇਰੇ ਮਗਰ ਲੱਗੇ। ਜਾਓ ਯਾਰ, ਮੈਂ ਗੋਲੀ ਮਾਰ ਦੂੰਗਾ, ਮੈਂ ਕੋਈ ਤਮਾਸ਼ਾ ਕਰਨ ਵਾਲਾ ਹੂੰ। ਅਰੇ ਮੇਰਾ ਨਾਮ ਸੁਬੇਦਾਰ ਖੱਟ ਸਿੰਘ ਹੈ। ਜਾਓ ਪਾਪਾ, ਕਿਤੇ ਕਿਵੇਂ ਰਾਂਗੇ ਇਹ ਬੱਚੋ। ਪਲੀਜ਼ ਪਲੀਜ਼ ਯਾਰ, ਜਾਓ ਇੱਥੋਂ, ਕਿਹੋ ਜਿਹੇ ਲੋਕ ਨੇ। ਕੋਈ ਬਾਤ ਨਹੀਂ ਬੇਟਾ,
इन पेंडुओं को थोड़ी अकल कम होती है, दिल के मारे नहीं होते। मैंने भी पेंड में मैट्रिक किया ना। हाय देखो पापा, इतने प्रैक्टिस करने का बड़ा ही मजा आएगा। आ या गुड, देखो कितना खुला दुला माहौल है। एक ही लिखा है भाई, किराए लिए मकान खाली, फैमिली दी जरूरत है, मिलो साधु नेक दे। चलो चल के देखते हैं। मकान ते सो सोए। साता चिड़ियां दा चंबावे, बाबले असा उड़ी जाना साडा। ओ लंबी उड़ारी वे, असा मुड़ नहीं आना। ओए कोई हैगा इथे? जा देख के बाहर कौन आएगा। जा जा, जा। मेहमान की सेवा करना कोई तरीका है कि नहीं? पहला मैनू कोई चाह पानी पूछो। तुसी नहीं जानते मेरा नाम जोबेदार खड़क सिंह है। खड़क सिंह के खड़कने से खड़कती हैं खिड़कियां, खिड़कियों से खड़कने से खड़कते हैं खड़क सिंह। ना मैनू ऐ दसो खड़क सिंह जी, आ खड़का करन नू थोनू साडे घर लब्भे दी? ए बेवकूफ इंसान, हम तो किराए पे मकान चाहिए, मेरा मतलब घर। आ मुंडे तुहाडे ने फिर जा किराए दे गुंडे ले आओ। ओए गोली मार देंगा मैं थोनू। ए तां मेरियां प्यारियां बेटियां ने। तेरियां कुड़िया? ओए सारा मकान थोड़ा, असी थोड़े, ओ फ्री रहो। ओए असी तो बाहर रह जांगे धर्मशाला च। हाय हाय किस्मता खोलतिया ओए सिपिया। हाय रब्बा, ओए की कर रहे? धन्यवाद ओए छड़े ली भेज दिया। ओए हुण तां पक्कीआं आसां ने व्याह दीआं। इह तां पढ़ियां लिखियां ने, इहनूं तां गल्लां वण दी वी आदत नहीं, पता नहीं हैगी। मेरी शहर तो बदली हो गई है, मैं तो आधे पेंड वाली बैंक सिक्योरिटी गार्ड हूँ, मेरा मतलब गनमैन हूँ। गनमैन? हाय तड़की ड्यूटी ते बग जा कर यार आउणगे। ओए मेरी गल सुनो। हाँ जी। मैं सूला ना बड़ा सकता हूँ। अच्छा जी। मैं कोई शोर शराबा बर्दाश्त नहीं करता। गुस्सा ना करियो फौजी साहब। हाँ। मैनू ए आए दस्यो ये आ जिहड़ियां तीन कुड़ियां ने इह डांसरां ने? शट अप। ਓਏ ਚੁੱਡੋ ਕਰਾਟੇ ਤੇ ਕਬੱਡੀ ਦੀਆਂ ਖਿਡਾਰਨਾ ਨੇ ਮੇਰੀਆਂ ਬੇਟੀਆਂ। ਓ ਤੁਸੀਂ ਬੈਠੋ, ਆਰਾਮ ਕਰੋ, ਮੈਂ ਚਾਹ ਬਣਾ ਕੇ ਲਾਤਾ ਹੂੰ। ਗੁੱਡ। ਹਾਏ ਹਾਏ, ਮੈਂ ਗੁਸਲ ਖਾਨਾ ਧੋ ਕੇ ਆਤਾ ਹੂੰ। ਓਏ ਹਮਾਰਾ ਸਮਾਨ ਪਿੱਛੇ ਟਰੱਕ ਮੇ ਆ ਰਹਾ ਹੈ। ਓਕੇ ਪਾਪਾ, ਮੈਂ ਨਹਾ ਕੇ ਕੱਪੜੇ ਚੇਂਜ ਕਰਕੇ ਆਨੀ ਆ। ਅਜੀਬ ਜੀਬ ਹੋ ਰਿਹਾ ਪਾਪਾ। ਓਕੇ ਪਾਪਾ, ਬਾਏ। ਹਾਏ ਬਾਏ, ਸਾਡੇ ਕੁਝ ਖਾਨੇ ਚ ਨਹਾਉਣ ਗਿਆ। ਹਾਏ ਹਾਏ, ਪਾਣੀ ਭਰ ਕੇ ਲੈ ਕੇ ਆਉਣਾ। ਹਾਏ ਮੈਂ ਕਲੀ ਕਰਾਉਣਾ ਗੁਸਲ ਖਾਨੇ ਨੂੰ। ਹਾਏ ਮੈਂ ਤੁਹਾਨੂੰ ਕਿੱਥੇ ਬਿਠਾਵਾਂ? ਉਹ ਸਾਧੂ ਸਾਬਣ ਓਏ ਕਿੱਥੇ ਆ? ਟੜੇ ਟੜੇ ਗਰਮ ਪਾਣੀ ਨਾਲ ਨਵਾਉਂ ਤੁਹਾਨੂੰ ਤਾਂ ਮੈਂ। ਹਾਏ ਗਰਮ ਪਾਣੀ ਨਾਲ ਨਵਾਉਂਗਾ ਤੁਹਾਨੂੰ। ਹਾਏ ਓਏ, ਉਹ ਦੇਖੀ ਸਾਲੇ ਗਿਰ ਕੇ ਗਿੱਟੇ ਨਾਲ ਚੜਵਾ ਲਈ। ਹਾਏ ਮੈਨੂੰ ਤਾਂ ਪਤੀਲ ਆਏ ਆਏ ਮੇਰੇ ਫੁੱਟ ਗਏ। ਹਾਏ ਮੈਨੂੰ ਸੰਭਾਲ ਲਓ ਓਏ, ਮੈਨੂੰ ਫੜ ਲਓ, ਚੌ ਨਹੀਂ ਚੱਕਿਆ ਜਾਂਦਾ। ਇਹ ਕੀ ਪੈਟਰੋਲ ਪੰਪ ਲੁੱਟਿਆ ਤੇ ਰੁਪਈਆ ਸਿਰਫ 700 ਤੇ ਕੱਲ ਠੇਕਾ ਲੁੱਟਿਆ ਤੇ ਰੁਪਈਆ 400। ਓਏ ਦਾਰੂ ਪੀਣੋਂ ਹਟ ਗਏ ਲੋਕ, ਜਾਂ ਫਿਰ ਤੁਸੀਂ ਬੇਈਮਾਨੀਆਂ ਤੇ ਲੱਕ ਬੰਨ ਰੱਖਿਆ। ਨਹੀਂ, ਇਹ ਕਦੇ ਨਹੀਂ ਹੋ ਸਕਦਾ।
ਅਸੀਂ ਤੁਹਾਡੇ ਨਾਲ ਬੇਈਮਾਨੀ ਕਰਾਂਗੇ? ਨਹੀਂ ਜੀ, ਲੋਕ ਏਟੀਐਮ ਕਾਰਡ ਤੋਂ ਕੰਮ ਲੈਣ ਲੱਗ ਪਏ। ਹਾਂ, ਜਦੋਂ ਅਸੀਂ ਜੇਬਾਂ ਕੱਢਦੇ ਹਾਂ ਤਾਂ ਪਰਸ ਵਿੱਚ ਸਿਰਫ 10-20 ਰੁਪਏ ਤੋਂ ਵੱਧ ਨਹੀਂ ਹੁੰਦੇ, ਬੈਂਕਾਂ ਦੇ ਕਾਰਡ ਹੁੰਦੇ ਨੇ। ਓਏ, ਇਸ ਤਰ੍ਹਾਂ ਤਾਂ ਅਸੀਂ ਭੁੱਖੇ ਮਰ ਜਾਵਾਂਗੇ। ਇਹ ਸਰਕਾਰ ਸਾਨੂੰ ਕਿਉਂ ਨਹੀਂ ਜਾਣ ਦਿੰਦੀ? ਕਿਉਂ ਸਾਡੇ ਪਿੱਛੇ ਹੱਥ ਧੋ ਕੇ ਪਈ ਆ? ਨਾ ਤਾਂ ਸਾਨੂੰ ਨੌਕਰੀਆਂ ਦਿੱਤੀਆਂ, ਨੌਕਰੀਆਂ ਦਿੱਤੀਆਂ ਤਾਂ ਸਿਰਫ ਪੈਸੇ ਵਾਲਿਆਂ ਨੂੰ, ਮੰਤਰੀਆਂ ਦੇ ਰਿਸ਼ਤੇਦਾਰਾਂ ਨੂੰ। ਸਾਨੂੰ ਦਿੱਤੀ ਸਿਰਫ ਬੇਰੁਜ਼ਗਾਰੀ। ਹੁਣ ਤਾਂ ਘਰ ਪਈਆਂ ਡਿਗਰੀਆਂ ਨੂੰ ਵੀ ਸਲਾਬ ਲੱਗ ਗਈ ਤੇ ਮੈਡਲਾਂ ਨੂੰ ਜੰਗ। ਮੇਰੇ ਪਿਓ ਦੀ ਪੈਂਚਰਾਂ ਦੀ ਦੁਕਾਨ, ਪਰ ਮੈਨੂੰ ਔਖਾ ਸੌਖਾ ਹੋ ਕੇ ਉਹਨੇ BA ਕਰਵਾਈ। ਕਹਿੰਦੇ ਨੇ ਪਛੜੀਆਂ ਸ਼੍ਰੇਣੀਆਂ ਲਈ ਸੀਟਾਂ ਨੇ, ਉਹਨਾਂ ਤੇ ਵੀ ਮੰਤਰੀਆਂ ਦੇ ਰਿਸ਼ਤੇਦਾਰਾਂ ਨੇ ਕਬਜ਼ਾ ਕਰ ਲਿਆ। ਇੱਕ ਫੌਜ ਦੀ ਨੌਕਰੀ ਸੀ ਜੋ ਸਭ ਤੋਂ ਵੱਧ ਇਮਾਨਦਾਰੀ ਦੀ, ਉਹ ਵੀ ਹੁਣ ਰਿਸ਼ਵਤ ਤੇ ਸਿਫਾਰਸ਼ਾਂ ਨਾਲ ਮਿਲਦੀ ਹੈ। ਹਾਂ, ਕੀ ਗੱਲ ਗੁਰਮੁਖ, ਬੜਾ ਖੁਸ਼ ਨਜ਼ਰ ਆ ਰਿਹਾ। ਬੜੀ ਖੁਸ਼ੀ ਦੀ ਖਬਰ ਹੈ ਬਾਈ। ਕਿਉਂ, ਤੁਹਾਡੇ ਘਰ ਚੋਂ ਤੇਲ ਨਿਕਲ ਆਇਆ? ਸੱਚ ਸਮਝੋ ਤੇਲ ਹੀ ਨਿਕਲ ਆਇਆ। ਪਰਸੋਂ 1 ਕਰੋੜ ਰੁਪਈਆ ਨਾ ਪਿੰਡ ਦੀ ਬੈਂਕ 'ਚ ਆ ਰਿਹਾ। ਕਿਸੇ ਮੰਤਰੀ ਨੇ ਜ਼ਮੀਨ ਖਰੀਦੀ ਹੈ, ਕੋਈ ਫੈਕਟਰੀ ਫੁਕਟਰੀ ਲਾ ਰਿਹਾ ਤੇ ਕਿਸਾਨਾਂ ਨੂੰ ਪੇਮੈਂਟ ਕਰਨ ਆ ਰਿਹਾ। ਉਹ ਇਹਨਾਂ ਨੇ ਸਾਡੀਆਂ ਨੌਕਰੀਆਂ ਤਾਂ ਖੋਹ ਲਈਆਂ, ਸਾਡੀਆਂ ਜ਼ਮੀਨਾਂ ਖੋਹਣ ਤੇ ਤੁਲ ਪਏ। ਹੱਸਦੇ ਵੱਸਦੇ ਪਿੰਡਾਂ 'ਚ ਪ੍ਰਦੂਸ਼ਣ ਫੈਲਾਉਣਾ ਚਾਹੁੰਦੇ ਨੇ ਇਹ। 1 ਕਰੋੜ ਰੁਪਈਏ ਨਾਲ ਤਾਂ ਸਾਰਿਆਂ ਦੀਆਂ ਗਰੀਬੀਆਂ ਦੂਰ ਹੋ ਜਾਣਗੀਆਂ। ਮੁੰਡਿਓ, ਇਹ ਸਾਡੀ ਜ਼ਿੰਦਗੀ ਦਾ ਆਖਰੀ ਡਾਕਾ, ਹੁਸ਼ਿਆਰ ਹੋ ਜਾਓ। ਇੰਨਾ ਪੈਸਾ, ਪਹਿਰਾ ਵੀ ਸਖਤ ਹੋਊਗਾ। ਇਹ ਸਭ ਤੁਸੀਂ ਮੇਰੇ ਤੇ ਛੱਡ ਦਿਓ। ਮੈਂ ਅੰਦਰ ਆ ਸਕਦਾ ਜੀ? ਬੇਅਕਲ ਇਨਸਾਨ, ਤੂੰ ਅੰਦਰ ਆ ਗਿਆ, ਦੱਸ ਕੀ ਤਕਲੀਫ ਹੈ ਤੈਨੂੰ? ਤਕਲੀਫ ਤਾਂ ਤੁਹਾਨੂੰ ਦੇਣਾ ਹੈ ਜਨਾਬ। ਕਿਆ ਸੂਬੇਦਾਰ ਖਰ ਸਿੰਘ ਕੋ ਤਕਲੀਫ ਦੇਗਾ ਤੂੰ? ਮੈਂ ਗੋਲੀ ਮਾਰ ਕੇ ਤੇਰਾ ਕੋਗਾ ਚਿੱਤ ਕਰ ਦਿਆਂਗਾ। ਅੱਜ ਮੈਂ ਤੁਹਾਡੇ ਨਾਲ ਕੰਮ ਦੀ ਗੱਲ ਕਰਕੇ ਜਾਊਂਗਾ ਜੀ, ਅੱਜ ਮੈਂ ਫੈਸਲਾ ਕਰਕੇ ਜਾਣਾ ਜੀ। ਉਹ ਦੱਸ ਕੀ ਗੱਲ ਹੈ ਫਿਰ? ਮੈਂ ਜੀ, ਮੈਂ ਤਾਂ ਇਹ ਕਹਿ ਰਿਹਾ ਸੀ ਜੀ, ਅਸੀਂ ਵੀ 3 ਆ ਤੇ ਤੁਹਾਡੇ ਕੋਲ ਵੀ 3 ਨੇ ਜੀ, ਪਹਿਲੇ ਤੋੜਦੀਆਂ ਤੇ ਉਹਨਾਂ 'ਚੋਂ ਪਹਿਲੇ ਤੋੜਦੀ 1 ਮੈਨੂੰ ਦੇ ਦੋ ਜੀ। ਓਏ ਕੀ ਬਕਵਾਸ ਕਰਦਾ ਤੂੰ? ਪਰਾ ਕਰ ਲੋ ਜੀ, ਗੋਲੀ ਨਾ ਮਾਰ ਦਿਓ ਜੀ, ਮੈਂ ਤਾਂ ਜੀ। ਨਾ ਸੂਬੇਦਾਰ ਸਾਹਿਬ, ਤੁਸੀਂ ਕਦੇ ਪਿਆਰ ਪੂਰ ਇਸ਼ਕ ਉਸ਼ਕ ਕਦੇ ਕਰਿਆ? ਬੇਅਕਲ ਇਨਸਾਨ, ਫੌਜੀ ਜਵਾਨ ਐਸੇ ਪਿਆਰ ਵਿਆਰ ਨਹੀਂ ਕਰਦੇ, ਅਸੀਂ ਸਿਰਫ ਆਪਣੇ ਵਤਨ ਨੂੰ ਪਿਆਰ ਕਰਦੇ ਹਾਂ। ਅੱਛਾ, ਤੁਸੀਂ ਐਂ ਦੱਸੋ, ਤੁਸੀਂ ਫਿਰ ਵਿਆਹ ਬਾਰੇ ਫਿਰ ਕੀ ਸੋਚਿਆ ਜੀ? ਪਰ ਮੈਨੂੰ ਸਿਵਲ ਲੋਕ ਬਿਲਕੁਲ ਪਸੰਦ ਨਹੀਂ। ਕਿਉਂ? ਮੈਂ ਇਹਨਾਂ ਦਾ ਵਿਆਹ ਕਿਸੇ ਆਰਮੀ ਆਫੀਸਰ ਨਾਲ ਕਰਾਂ। ਲੈ, ਫੌਜੀ ਤਾਂ ਰੋਲ ਕੇ ਮਾਰ ਦਿੰਦੇ ਨੇ, ਰੋਲ ਕੇ। ਸਾਲ 'ਚ ਸਿਰਫ 2 ਮਹੀਨੇ ਦਾ ਛੁੱਟੀ ਮਿਲਦੀ ਹੈ ਇਹਨਾਂ ਨੂੰ। ਬੇਵਕੂਫ, ਆਰਮੀ ਵਾਲੋ ਗੱਲ ਬੋਲਦਾ ਤੂੰ? ਦੋ ਟਕੇ ਕੇ ਇਨਸਾਨ, ਮੈਂ ਗੋਲੀ ਮਾਰ ਕੇ ਤੇਰੀ ਪ੍ਰੋਪਰਟੀ ਤਬਾਹ ਕਰਾ ਕਰ ਦੂੰ। ਉਹ ਤੂੰ ਕਰਾੜਾ ਜਾ ਦਿਲ ਕਰਕੇ ਜਾ 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 ਛੋਟਿਆ। ਓਏ ਯਾਰ, ਮੈਨੂੰ ਸ਼ਰਮ ਆਈ ਜਾਂਦੀ ਆ ਯਾਰ। ਓਏ ਜੇ ਤੇਰੀ ਗੱਲ ਬਣ ਗਈ ਫਿਰ ਮੇਰੀ ਵੀ ਪੱਕੀ। ਉਹ ਤੂੰ ਜਾ, ਤੂੰ ਐਂ ਕਰ, ਪੜਿਆ ਲਿਖਿਆ ਤਰ੍ਹਾਂ ਬਸ਼ਰਮ ਜਿਹਾ ਹੋ ਕੇ ਜਾ। ਪਰਵਾਹ ਨਾ ਦਿਓ, ਕਿਤੇ ਹੋਰ ਮੇਰੀਆਂ ਗੱਲਾਂ ਬਣ ਜਾਣ ਯਾਰ। ਓਏ ਪੜੇ ਲਿਖੇ ਲੋਕਾਂ ਦੀਆਂ ਗੱਲਾਂ ਨਹੀਂ ਬਣਦੀਆਂ ਹੁੰਦੀਆਂ। ਗੱਲ ਸੁਣ, ਪੂਰੇ ਤੂੰ ਉਹ ਪੋਲੜ ਜੀ ਨੂੰ ਨਾ ਛੇੜੀ ਕੁਛ
ਮੇਰੇ ਵਾਲੀ ਆ ਉਹ ਨਾ ਗੱਲ ਸੁਣੋ ਜੇ ਕੋਈ ਐਸੀ ਵੈਸੀ ਗੱਲ ਹੋ ਗਈ ਤੁਸੀਂ ਰੌਲਾ ਪਾ ਦਿਓ ਰੌਲਾ ਉਹ ਰੌਲਾ ਪਾ ਦਿਆਂਗੇ ਗੱਲ ਸੁਣ ਨਾਲੇ ਖਿਆਲ ਰੱਖਿਓ ਤੇਰੀ ਵੱਡੀ ਭਰਜਾਈ ਹੈ ਤੇ ਵੱਡੀ ਭਾਵੀ ਮਾਵਾਂ ਵਰਗੀ ਹੁੰਦੀ ਹੈ ਚੰਗਾ ਮੈਨੂੰ ਤਾਂ ਤਿੰਨੇ ਘੈਂਟ ਲੱਗਦੀਆਂ ਨੇ ਜਾ ਹੁਣ ਖੜਾ ਈਜੜਿਆਂ ਵਾਂਗੂ ਐ ਕਰੀ ਜਾਂਦਾ ਕਰੀ ਜਾਂਦਾ ਫਿਰ ਖੜਕ ਸਿੰਘ ਆ ਜੂਗਾ ਚੰਗਾ ਮੈਂ ਜਾਂਦਾ ਜਾ ਜਾ ਬੜੇ ਭਾਈ ਅੱਜ ਤਾਂ ਗੱਲ ਬਣ ਜੂ ਤਿੰਨੇ ਲਿਆਵੇ ਨਾਲ ਹੀ ਮੈਨੂੰ ਮਰਵਾਓਗੇ ਤੁਸੀਂ ਰਾਤ ਮੈਨੂੰ ਫੌਜੀ ਤੋਂ ਮਰਵਾਤਾ ਸੀ ਤੁਸੀਂ ਮੈਨੂੰ ਮਰਵਾਉਣ ਦੇ ਲੱਗ ਪੈਂਦੇ ਹੋਇਆ ਖਾਣ ਪੀਣ ਹਾਂਜੀ ਕੀ ਬਿਮਾਰੀ ਆ ਇੱਕ ਹੋ ਗਿਆ ਦੱਸਾਂ ਗਿਆ ਮੈਂ ਅੱਛਾ ਕੀ ਕਰਨ ਆਏ ਹੋ ਤੈਨੂੰ ਕੀ ਬਕਵਾਸ ਪੇ ਕਰਦੇ ਹੋ ਤੂੰ ਨਾ ਮੇਰੇ ਨਾਲ ਹਾਂਜੀ ਦੱਸੋ ਜੀ ਮੇਰੇ ਨਾਲ ਮਕਾਨ ਮਾਲਕ ਹਾਂ ਕਿਰਾਇਆ ਲੈਣ ਆਇਆ ਪਾਪਾ ਨਾਲ ਗੱਲ ਕਰਿਓ ਜਾਓ ਜਾਓ ਗੱਲ ਤਾਂ ਤੇਰੇ ਨਾਲ ਹੀ ਕਰੇ ਤੋਂ ਬਣੂ ਮਹਿਮਾਨ ਖੜਾ ਹੋਵੇ ਤੁਹਾਡੇ ਕੋਈ ਚਾਹ ਪੁੱਛਣ ਦਾ ਰਿਵਾਜ ਨੀ ਹੈਗਾ ਸ਼ਹਿਰੀ ਹੋ ਜੀ ਬਹਿ ਜਾਓ ਜੀ ਮਹਿਮਾਨ ਬੈਠਾ ਹੋਵੇ ਤੇ ਮੇਜ਼ਬਾਨ ਖੜਾ ਹੋਵੇ ਪਤਾ ਲੱਗਦਾ ਕੋਈ ਦੇਖੀ ਤੁਸੀਂ ਬਹਿ ਜਾਓ ਅੱਖੇ ਲੱਗਦੀਆਂ ਨੇ ਫਸਣ ਗਈਆਂ ਆਕੇ ਲੱਗੀ ਪੂਰਾ ਤੁਹਾਡਾ ਵਿਆਹ ਹੋ ਗਿਆ ਜੀ ਨਹੀਂ ਜੀ ਕਰਵਾ ਲਓ ਜੀ ਫਿਰ ਬਾਰਿਸ਼ਾਂ ਪੈਣ ਵਾਲੀਆਂ ਨੇ ਕਿਉਂ ਬਾਰਿਸ਼ਾਂ ਚ ਵਿਆਹ ਗਿੱਲਾ ਹੋ ਜਾਂਦਾ ਕੁਛ ਨੀ ਕਰਦਾ ਜੀ ਨਾ ਨਾ ਗੱਲ ਸੁਣੋ ਗੁੱਸਾ ਨਾ ਕਰੋ ਰੋਕ ਨਾ ਮਾਰੋ ਰੋਕ ਨਾ ਮਾਰੋ ਬਿਲਕੁਲ ਵੀ ਕੱਲੀ ਕੱਲੀ ਆਓ ਤੁਸੀਂ ਦੋ ਕਰਦੀ ਹੋ ਹਾਂ ਖੜ ਜਾ ਹੱਥਾਂ ਦਾ ਜੈਕੀ ਬਦਲ ਗਿਆ ਤੂੰ ਗੱਲ ਸੁਣ ਬੁਲਡੋਜ਼ਰ ਸਾਰੀਏ ਤੂੰ ਆਪਣੇ ਹੱਥਾਂ ਦਾ ਇਲਾਜ ਕਰਾ ਤੂੰ ਤਾਂ ਮਰਦਾਨਾ ਤਾਕਤ ਹੈਗੀ ਬੈਂਕ ਦਾ ਨਕਸ਼ਾ ਤੇ ਆਹ ਜੰਗੀਰੇ ਦਿਖਾਉਣ ਦਾ ਘਰ ਹੈ ਇਹ ਹੈ ਫਿਰਤੇ ਕਾ ਬਾਹਰਲਾ ਬਾਗਲ ਇਹ ਦੋ ਜਾਣਿਆਂ ਨੇ ਸੱਜਣ ਕੇ ਕੈਲੇ ਦੇ ਘਰ ਤੇ ਚੜ੍ਹ ਕੇ ਟੈਲੀਫੋਨ ਦੀਆਂ ਤਾਰਾਂ ਕੱਟਣੀਆਂ ਨੇ ਤੂੰ ਹੈਪੀ ਇੱਥੇ ਜਾਵੇਂਗਾ ਇਹ ਹੈ ਮੱਲਣ ਕੇ ਫੌਜੀ ਦਾ ਚਵਾਰਾ ਹਾਂ ਇਹਨਾਂ ਦੇ ਮੁੰਡੇ ਦਾ ਨਾਲੇ ਤਾਜ਼ਾ ਤਾਜ਼ਾ ਵਿਆਹ ਹੋਇਆ ਗੱਲ ਸੁਣ ਆਪਣਾ ਕੰਮ ਕਰੀ ਤੇ ਮੋਰੀ ਚ ਝਾਤੀਆਂ ਨਾ ਮਾਰੀ ਜਾਈ ਇਸ ਕੰਧ ਤੋਂ ਦੀ ਬੈਂਕ ਚ ਉਤਰ ਜਾਈ ਜਰਾ ਸੰਭਲ ਕੇ ਕੰਧ ਥੋੜੀ ਉੱਚੀ ਆ ਤੇ ਕਿਸ ਤਰ੍ਹਾਂ ਤੁਸੀਂ ਦੋਏ ਜਾਣੇ ਇੱਥੋਂ ਦੀ ਜਾ ਕੇ ਚੈੱਕ ਭਰਨ ਲੱਗ ਜਾਇਓ
ਆਪਣੀ ਜੀਪ ਟੋਬੇ ਕੋਲ ਖੜੀ ਕਰਕੇ ਰੱਖਿਓ, ਨਾਲੇ ਜੀਪ ਸਟਾਰਟ ਹੋਣੀ ਚਾਹੀਦੀ ਆ, ਕਿਸੇ ਨੂੰ ਸ਼ੱਕ ਨਾ ਹੋਵੇ। ਤੂੰ ਚੱਕੇ ਦੇ ਨਾਟਕ ਸੀ ਜਾਈ। ਮੈਂ ਕਿਹੜੇ ਪਾਸੇ ਜਾਵਾਂ? ਤੂੰ ਬੈਂਕ ਦੇ ਬਾਹਰ ਮੋਬਾਈਲ 'ਤੇ ਸਭ ਕੁਛ ਦੱਸਦਾ ਰਹੀ। ਇਹ ਬੈਂਕ ਦਾ ਗੇਟ ਆ, ਇੱਥੇ ਖੜ ਡਮਾਕ ਖੜਕ ਸਿੰਘ ਦਾ ਪਹਿਰਾ ਏ। ਇਹ ਬੜਾ ਸਖ਼ਤ ਆਦਮੀ ਆ, ਇਮਾਨਦਾਰੀ ਤਾਂ ਇਹਦੇ 'ਚ ਕੁੱਟ ਕੁੱਟ ਕੇ ਭਰੀ ਹੋਈ ਆ। ਮੈਂ ਤੇ ਮੱਖਣ ਇੱਥੋਂ ਦੀ ਹੀ ਦਾਖਲ ਹੋਵਾਂਗੇ। ਯਾਦ ਰੱਖਿਓ, ਗੋਲੀ ਕਿਸੇ ਦੇ ਵੱਜਣੀ ਨਹੀਂ ਚਾਹੀਦੀ, ਆਪਣਾ ਕੰਮ ਜਾਨ ਲੈਣਾ ਨਹੀਂ। ਹਾਂ, ਜੇ ਕਿਤੇ ਤੁਹਾਡੀ ਜਾਨ ਨੂੰ ਖਤਰਾ ਹੋਇਆ ਤਾਂ ਫਿਰ ਬੇਸ਼ੱਕ ਦੀ ਚੁੱਪ ਦਿਓ। ਤੁਸੀਂ ਸਾਨੂੰ ਇਸ਼ਾਰਾ ਕਰ ਦਿਓ, ਫਿਰ ਗੋਲੀ ਚਲਾਵਾਂਗੇ। ਚੰਗਾ, ਚੌਕਸ ਹੋ ਜਾਓ। ਹੈਲੋ। ਹਾਂ, ਮੈਂ ਸਭ ਨੂੰ ਸਮਝਾ ਦਿੱਤਾ। ਅੱਛਾ, ਫੌਜੀ ਇਕੱਲੇ ਹੀ ਆ? ਆਓ ਮੁੰਡਿਓ, ਚਲੋ ਚੱਲੀਏ।
ਓਏ ਬੇਸ਼ਰਮੋ ਅੱਧ ਹੋ ਗਈ ਅੰਜਾਂ ਜਾਂ ਗਲਾ ਕੱਢੂਗਾ ਤੇ ਸੁਣਿਆ ਵੀ ਨਹੀਂ ਹੋ ਗਿਆ ਵਿਆਹ ਹੋ ਗਿਆ ਤਾਂ ਮਿੱਠਾ ਕਰਾਓ ਫਿਰ ਆਓ ਬੇਟਾ ਤੁਮੇ ਲੱਡੂ ਮੈਂ ਦਿੱਤਾ ਹੂੰ ਪਹਿਲਾਂ ਇਹ ਦੱਸੋ ਸੂਬੇਦਾਰ ਸਾਹਿਬ ਜੀ ਇਹਨਾਂ ਨੇ ਦਾਜ ਤਾਂ ਨਹੀਂ ਮੰਗਿਆ ਗੁੱਡ ਕੁਐਸਚਨ ਨਹੀਂ ਬੇਟਾ ਇਹਨਾਂ ਨੇ ਕੋਈ ਦਾਜ ਨਹੀਂ ਮੰਗਿਆ ਮੈਂ ਤਾਂ ਖੁਦ ਵੀ ਦਾਜ ਦੇ ਖਿਲਾਫ ਹਾਂ ਚਲੋ ਫਿਰ ਇਸ ਖੁਸ਼ੀ ਵਿੱਚ ਤੁਹਾਡਾ ਆਟਾ ਮਾਫ ਪਰ ਤੂੰ ਦਾਜ ਚੁੱਕੀ ਲੈਣਾ ਬਈ ਜੇ ਦਾਜ ਬੰਦ ਹੋ ਗਿਆ ਫਿਰ ਤਾਂ ਲੋਕ ਕੁੜੀਆਂ ਮਾਰਨੀਆਂ ਬੰਦ ਕਰ ਦੇਣਗੇ ਪਰ ਤੈਨੂੰ ਇਹਦੇ ਨਾਲ ਕੀ ਮਤਲਬ ਹੱਦ ਹੋ ਗਈ ਅਸੀਂ ਵੀ ਵਿਆਹ ਕਰਾਉਣਾ ਛੜਾ ਰਹਿਣ ਨੂੰ ਪਤਾ ਕਿਹਦਾ ਦਿਲ ਕਰਦਾ ਇਹ ਦੇਖੋ ਮੇਰੇ ਤਿੰਨ ਬੇਟੀਆਂ ਨੇ ਮੈਂ ਵਹਿਗਰੂ ਤੋਂ ਆਪ ਮੰਗ ਕੇ ਲਈਆਂ ਨੇ ਇਹ ਐਸੇ ਬੁੱਚੜ ਲੋਕ ਨੇ ਕਿ ਲੜਕੀਆਂ ਨੂੰ ਪੇਟ 'ਚ ਹੀ ਮਾਰ ਦਿੰਦੇ ਨੇ ਉਹ ਨਹੀਂ ਜਾਣਦੇ ਕਿ ਇਹਨਾਂ ਔਰਤਾਂ ਨੇ ਕਿੰਨੇ ਸੂਰਬੀਰ ਪੈਦਾ ਕੀਤੇ ਨੇ ਜੋ ਦੇਸ਼ ਦੀ ਸਰਹੱਦ ਤੇ ਜਾ ਕੇ ਦੇਸ਼ ਦੀ ਰਾਖੀ ਕਰਦੇ ਨੇ ਭਲਾ ਜੇ ਔਰਤ ਜਾਤ ਹੀ ਨਾ ਰਹੀ ਤਾਂ ਸੂਰਮੇ ਕੀ ਉੱਪਰ ਹੋਣਗੇ ਚਲੋ ਪੇਂਡੂਆਂ ਨੂੰ ਤਾਂ ਅਕਲ ਹੁੰਦੀ ਨਹੀਂ ਸਭ ਤੋਂ ਵੱਧ ਕੁੜੀਆਂ ਪੜ੍ਹੇ ਲਿਖੇ ਲੋਕ ਮਾਰਦੇ ਨੇ ਬੇਟਾ ਇਹਨਾਂ ਲੋਕਾਂ ਦਾ ਕਦੇ ਵੀ ਭਲਾ ਨਹੀਂ ਹੋਣਾ ਮੈਨੂੰ ਜੇ ਇੱਕ ਵਾਰ ਆਰਡਰ ਹੋ ਜੇ ਮੈਂ ਇਹਨਾਂ ਲੋਕਾਂ ਨੂੰ ਚੌਂਕ ਖੜਾ ਕੇ ਗੋਲੀ ਮਾਰ ਦਿਆਂ ਹੁਣ ਤਾਂ ਬੰਦੇ ਬਣ ਜਾਓ ਭਰੂਣ ਹੱਤਿਆ ਮਹਾ ਪਾਪ ਹੈ ਜੇ ਜਨਮ ਨਾ ਦਈਏ ਧੀਆਂ ਨੂੰ ਤਾਂ ਨਸਲਾਂ ਖਤਮ ਹੋ ਜਾਣਗੀਆਂ ਇਹ ਦਰਦ ਪਉ ਸਭ ਨੂੰ ਸਹਿਣਾ ਛੜਿਆਂ ਦੀ ਫੌਜ ਉਸਰਦੀ ਹੈ ਕੰਨ ਖੋਲ ਕੇ ਸੁਣ ਲੋ ਬੇਅਕਲੋ ਇਹ ਗੱਲ ਤੁਹਾਡੇ ਕੰਮ ਦੀ ਤੁਹਾਡੇ ਕੰਮ ਦੀ ਹੈ ਇਹ ਗੱਲ ਤੁਹਾਡੇ ਕੰਮ ਦੀ